ਚੁੱਕਿਆ ਕਿ ਪਿੰਡਾਂ ਦੇ ਜਿਹੜੇ ਵੀ ਸਾਡੇ ਇੱਥੇ ਹਨ, ਸਾਡੇ ਵਾਸੀ ਇੱਥੇ ਹਨ, ਹੋਰ ਵੀ ਪੰਜਾਬ ਦੇ ਜਾਂ ਹਿੰਦੁਸਤਾਨ ਦੇ ਕਿਹੜੇ ਵੀ ਪਿੰਡ ਦੇ, ਕਿਹੜੇ ਵੀ ਇਲਾਕੇ ਦੇ, ਕਿਹੜੇ ਵੀ ਸ਼ਹਿਰ ਦੇ, ਉਹ ਵੀ ਇੱਥੇ ਆ ਸਕਦੇ ਸਨ, ਸਾਨੂੰ ਫੋਨ ਕਰਕੇ ਪੁੱਛਦੇ, ਚਿੱਠੀਆਂ ਪਾ ਸਕਦੇ ਹਨ, ਸਾਡੇ ਐਡਰੈਸ, ਸਾਡਾ ਐਡਰੈਸ ਅਸੀਂ ਭੇਜ ਦਿਆਂਗੇ ਪੰਜਾਬ ਦੇ ਉੱਤੇ ਵੈਬਸਾਈਟ ਤੇ ਭੇਜ ਦਿਆਂਗੇ, ਮੈਂ ਆਪਣੀ ਭੇਜ ਦਿਆਂਗਾ ਤੇ ਉਹਨਾਂ ਨੂੰ ਪਤਾ ਲੱਗ ਜਾਊਗਾ ਅਸੀਂ ਇਸ ਕਰਦੇ ਹਾਂ, ਅਸੀਂ ਸਾਨੂੰ ਉਹਨਾਂ ਨੂੰ ਸਾਡੇ ਸਾਥ ਦੇਣਾ ਹੈ, ਤੇ ਘਰ ਹਿੱਸਾ ਨੂੰ ਆਵੇ ਕਦੋਂ ਵੀ ਜਦੋਂ ਮਰਜ਼ੀ ਸਵਾਲ ਜਵਾਬ ਕਰ ਸਕਦੇ ਹਾਂ, ਕੋਈ ਵੀ ਟੀਵੀ ਵਾਲੇ, ਕੋਈ ਵੀ ਅਖਬਾਰਾਂ, ਮੈਂ ਕਾਰਵਾਈ ਮੈਨੂੰ ਸਾਰੀ ਕਾਰਵਾਈ ਜਿਹੜੀ ਮੇਰੀ ਮੰਗ ਕੀਤੀ ਹੈ ਸਾਰੀ ਕਾਰਵਾਈ ਕੀਤੀ ਜਾਵੇ, ਤਾਂ ਸਕਿਉਰਟੀ ਕਾਰਵਾਈ ਦੇ ਨਾਲ ਜਿਹੜੀ ਕਾਰਵਾਈ ਸੀਬੀਆਈ ਦੇ ਨਾਲ ਸਪੈਸ਼ਲਿਸਟ ਭੇਜੇ ਜਾਣ, ਡਾਕਟਰ ਸਪੈਸ਼ਲਿਸਟ ਭੇਜੇ ਜਾਣ ਸਾਰੇ ਸਰੀਰ ਦੇ, ਉਹ ਆ ਕੇ ਮੈਨੂੰ ਇੱਥੇ ਆ ਕੇ ਸਵਾਲ ਜਵਾਬ ਕਰਨ ਤੇ ਮੈਨੂੰ ਉਹਨਾਂ ਨੂੰ ਪਤਾ ਲੱਗੇ ਕਿੱਥੇ ਕਿੱਥੇ ਮੈਂ ਕਹਿ ਸਕਦਾ ਮੇਰੇ ਦਰਦ ਹੁੰਦੇ, ਤੇ ਉਹਨੂੰ ਸਮਝ ਲੱਗੇ ਕਿੱਥੇ ਕਿੱਥੇ ਚੈੱਕਅਪ ਕਰਕੇ, ਕਿੱਥੇ ਕਿੱਥੇ ਸਰੀਰ ਤੇ ਚੈੱਕਅਪ ਕਰਕੇ ਸਾਰੀਆਂ ਚੀਜ਼ਾਂ ਜਿਹੜੀਆਂ ਭੇਜ ਕੀਤੀਆਂ ਨਾਲ ਭੇਜੇ ਜਾਣ, ਤੇ ਇਹਨਾਂ ਦੇ ਨਾਲ ਹੀ ਮੈਨੂੰ ਇਹ ਵੀ ਪਤਾ ਹੈ ਕਿ ਸਾਰੀ ਮੇਰੀ ਮੰਮੀ ਤੇ ਸਾਰੇ ਮੈਨੂੰ ਇੱਥੇ ਪਿੰਡ ਦੇ ਵਾਸੀ ਜਿਹੜੇ ਮੇਰੇ ਡੈਡੀ ਵੀ ਜਾਣਦੇ ਹਨ, ਜਿਹੜੇ ਮੈਨੂੰ ਇੱਥੇ ਛੋਟੇ ਹੁੰਦੇ ਤੋਂ ਜਾਣਦੇ ਹਨ, ਜਾਂ ਮੈਨੂੰ ਬਾਹਰ ਵੀ ਮੇਰੇ ਦੇਸ਼ ਵਿੱਚ ਹੈਂਡ ਜੋ ਸਾਊਥ ਵਾਲ ਵਿੱਚ ਹੋਰ ਵੀ ਇਲਾਕੇ ਵਿੱਚ ਪੈ ਰਿਹਾ, ਮੇਰੇ ਬਹੁਤ ਚੰਗੇ ਦੋਸਤ ਹਨ, ਉਹ ਮੇਰੇ ਹਾਲੇ ਵੀ ਦੋਸਤ ਹਨ, ਹੈਂਡ ਜੋ ਮੇਰੇ ਮੁੰਡੇ ਮੰਡੇ ਸਾਰੇ ਅੰਕਲ ਉਂਕਲ ਮੇਰੇ ਸਾਰੇ ਪੰਜਾਬ ਦੇ ਵਾਸੀ, ਹਿੰਦੁਸਤਾਨ ਦੇ ਵਾਸੀ, ਉੱਥੇ ਬਹੁਤ ਮੇਰੇ ਛੋਟੇ ਭਰਾ ਵਾਂਗੂ ਵੀ ਸਮਝਦੇ ਸਨ, ਆਪਣੇ ਛੋਟੇ ਬੱਚੇ ਵਾਂਗੂ, ਪਰ ਮੈਂ ਹਾਲੇ ਉਹਨਾਂ ਨੂੰ ਕੰਟੈਕਟ ਨਹੀਂ ਕਰ ਸਕਾ, ਜੇ ਉਹ ਸੁਣ ਸਕਦੇ ਹਨ, ਉਹਨਾਂ ਨੂੰ ਪਤਾ ਹੈ ਮੇਰਾ ਨਾਮ ਬੌਬੀ, ਮੈਨੂੰ ਜਾਣਦੇ ਕੋਈ ਮੈਨੂੰ ਕੁੱਕੀ ਕਹਿੰਦਾ ਸੀ ਜਾਂ ਬੌਬੀ ਜਾਂ ਜਿੱਦਾਂ ਮਰਜ਼ੀ, ਉਹ ਮੈਨੂੰ ਕੰਟੈਕਟ ਕਰ ਸਕਦੇ ਸਨ, ਤੇ ਉਹਨਾਂ ਨੂੰ ਵੀ ਪਤਾ ਲੱਗੂਗਾ ਕਹਿੰਦਾ ਕੀ ਇੱਥੇ ਹਾਲ ਹੋਇਆ ਹੋਵੇ ਨਾ ਉੱਥੇ ਕੀ ਹਾਲ ਹੋਇਆ, ਤੇ ਇੱਦਾਂ ਉਹਨਾਂ ਨੂੰ ਸਾਰਾ ਪਤਾ ਲੱਗੂਗਾ ਉੱਥੇ ਚੀਜ਼ਾਂ ਜਿਹੜੀਆਂ ਫਿੱਟ ਕੀਤੀਆਂ ਸਨ ਜੇਲ੍ਹਾਂ ਵਿੱਚ, ਉਹ ਜੇਲ੍ਹ ਵਿੱਚ ਉਹ ਮੈਨੂੰ ਜੇਲ੍ਹਾਂ ਵਿੱਚ ਉਹ ਮੈਨੂੰ ਹਾਲੇ ਉਹ ਉੱਥੇ ਉਹਨਾਂ ਨੇ ਕੱਢੀਆਂ ਨਹੀਂ, ਇੱਥੇ ਮੈਨੂੰ ਕਿੱਦਾਂ ਦੇ ਦਰਦ ਸਹਿਣੇ ਪੈ ਰਹੇ ਹਨ, ਤੇ ਉਹਨਾਂ ਵੱਲੋਂ ਵੀ ਦਰਖਾਸਤ ਹੈ ਜਿਹੜੇ ਵੀ ਮੈਨੂੰ ਬਾਹਰ ਇੰਗਲੈਂਡ ਵਿੱਚ ਜਾਣਦੇ ਹਨ, ਉਹ ਵੀ ਮੈਨੂੰ ਜਲਦੀ ਤੋਂ ਜਲਦੀ ਹੋ ਸਕੇ ਤਾਂ ਕੰਟੈਕਟ ਕਰਨ, ਤੇ ਮੇਰੇ ਵੱਲੋਂ ਚਿੱਠੀਆਂ ਪਾਉਣ ਜਾਂ ਜਿੱਦਾਂ ਮਰਜ਼ੀ ਫੋਨ ਕਰਨ, ਇੱਥੇ ਕਿਸੇ ਨੂੰ ਸੰਦੇਸ਼ਾ ਭੇਜਣ ਜਾਂ ਕੋਈ ਵੀ ਜਦੋਂ ਇੱਥੇ ਆਉਣ ਮੈਨੂੰ ਆ ਕੇ ਮਿਲਣ, ਤੇ ਇਹਦੇ ਨਾਲ ਇਹ ਵੀ ਦਰਖਾਸਤ ਹੈ, ਮੈਂ ਆਪਣੀਆਂ ਬੇਟੀਆਂ, ਦੋ ਬੇਟੀਆਂ ਹਨ, ਉਹਨਾਂ ਨੂੰ ਵੀ ਦਰਖਾਸਤਾਂ ਦੀਆਂ ਫੋਟੋ ਸਟੇਟ ਭੇਜੀਆਂ ਹਨ, ਉਹਨਾਂ ਨੂੰ ਵੀ ਚਿੱਠੀਆਂ ਲਿਖੀਆਂ ਹਨ ਕਿ ਮੈਂ ਤੁਹਾਨੂੰ ਬਹੁਤ ਜਲਦੀ ਤੋਂ ਕਹਿੰਦਾ ਮੈਨੂੰ ਬਹੁਤ ਜਲਦੀ ਤੋਂ ਜਲਦੀ ਕੰਟੈਕਟ ਕੀਤਾ ਜਾਵੇ, ਮੇਰੇ ਭਰਾ ਲਾਡੀ ਨੂੰ ਵੀ ਦਰਖਾਸਤ ਹੈ, ਭਾਬੀ ਜੀ ਨੂੰ, ਦੋ ਪੁੱਤਰਾਂ ਨੂੰ, ਤੇ ਭੂਆ ਜੀ ਨੂੰ, ਮੇਰੇ ਮਾਸੀ ਜੀ, ਬਾਕੀ ਸਾਡੇ ਰਿਸ਼ਤੇਦਾਰ ਤੇ ਹੈਂਡਸ ਉੱਤੇ ਵਾਸੀ ਜਿਹੜੇ ਹਨ, ਉਹ ਮੇਰੇ ਭਰਾਵਾਂ ਤੇ ਪਿਆਂ ਤੇ ਅੰਕਲਾਂ ਵਾਂਗੂ ਤੇ ਮੇਰੇ ਡੈਡੀ ਵਾਂਗੂ ਹਨ, ਜਿਹੜੇ ਵੀ ਸਾਰੇ ਸਨ ਉਹ ਮੇਰੇ ਇੱਜ਼ਤਦਾਰ ਦੋਸਤ ਤੇ ਭਰਾ ਹਨ, ਤੇ ਉੱਥੇ ਜਿਹੜੇ ਵੀ ਵਾਸੀ ਹਨ, ਸਾਰੇ ਪਰਿਵਾਰ ਵਾਲੇ ਜਿਹੜੇ ਮੈਨੂੰ ਜਾਣਦੇ ਹਨ, ਉੱਥੇ ਦੀਆਂ ਗੱਲਾਂ ਵੀ ਮੈਂ ਸਾਰੀਆਂ ਕਾਰਵਾਈ ਦੇ ਨਾਲ ਸਾਫ ਦੇ ਨਾਲ ਸਾਰਿਆਂ ਨਾਲ ਕਰਾਂਗਾ, ਤੇ ਜੇ ਉਹਨਾਂ ਨੂੰ ਸੁਣਦੇ ਆ ਸੁਣ ਸਕਦੇ ਹਨ, ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਮੈਂ ਤਾਂ ਇੱਦਾਂ ਇੱਥੇ ਇੱਦਾਂ ਹੋਈਆਂ, ਜੇਲ੍ਹਾਂ ਵਿੱਚ ਇੱਦਾਂ ਹੋਈਆਂ, ਉਹ ਜਲਦੀ ਤੋਂ ਜਲਦੀ ਮੈਨੂੰ ਕੰਟੈਕਟ ਕਰਨ, ਤੇ ਮੈਂ ਉਹਨਾਂ ਨੂੰ ਹੋ ਸਕਦਾ ਹੈ ਮੇਰੇ ਤੋਂ ਪਰਮਿਸ਼ਨ ਲੈ ਕੇ ਵੈਬਸਾਈਟ ਦੇ ਉੱਪਰ ਬਹੁਤ ਸਾਰੀਆਂ ਚੀਜ਼ਾਂ ਉਹਨਾਂ ਨੂੰ ਦਰਖਾਸਤਾਂ ਭੇਜਾਂਗਾ, ਤੇ ਮੈਂ ਉਹਨਾਂ ਦੇ ਨਾਲ ਕੰਟੈਕਟ ਕਰਕੇ ਪੂਰੇ ਹਿੰਦੁਸਤਾਨ ਦੇ ਬਾਹਰ ਪ੍ਰੋਡਕਟ ਸਾਰੀਆਂ ਪਰਮਿਸ਼ਨ ਕਰਾਂਗੀ, ਕਿਸੇ ਵੀ ਤਰੀਕੇ ਨਾਲ ਮੈਂ ਭੇਜ ਸਕਾਂਗਾ। ਔਰ ਮੈਂ ਤੁਹਾਨੂੰ ਇਹ ਵੀ ਦੱਸਦਾ ਹਾਂ, ਇਹ ਐਵੀਡੈਂਸ ਨੇ, ਇਹ ਤੇ ਮੇਰੇ ਫੋਨ ਨਹੀਂ ਚੱਲਦੇ, ਸਾਡੇ ਘਰ ਦਾ ਫੋਨ ਕਦੀ ਆਉਂਦਾ ਨਹੀਂ, ਕਦੀ ਆਉਂਦਾ ਨਹੀਂ, ਇਹ ਵੀ ਮੈਂ ਇੱਥੇ ਫੋਨਾਂ ਵਾਲਿਆਂ ਨੂੰ ਦੱਸ ਚੁੱਕਾ, ਪਰ ਜਦੋਂ ਉਹ ਆਉਂਦੇ ਆ ਉਹ ਇੱਦਾਂ ਇੱਕ ਫੋਨ ਨੰਬਰ ਲਾਉਂਦੇ ਕਹਿੰਦੇ ਚੱਲਦਾ, ਪਰ ਜਦੋਂ ਅਸੀਂ ਕਦੀ ਇੱਕ ਦੋ ਵਾਰੀ ਐਮਐਲਏ ਜੀ ਨੂੰ ਫੋਨ ਕਰਨ ਦੀ ਕੋਸ਼ਿਸ਼ ਕੀਤੀ, ਹੋਰ ਵੀ ਕਿਸੇ ਦੋ ਤਿੰਨ ਅਪੋਇੰਟਮੈਂਟਾਂ ਜਾਂ ਇੰਪੋਰਟੈਂਟ ਬੰਦਿਆਂ ਨੂੰ ਕਿਸੇ ਇੰਪੋਰਟੈਂਟ ਟਾਈਮ ਤੇ ਕੋਸ਼ਿਸ਼ ਕੀਤੀ ਹੈ, ਸਾਡਾ ਫੋਨ ਨਹੀਂ ਚੱਲਦਾ, ਕਿਆ ਅਸੀਂ ਨੰਬਰ ਨੱਪ ਦਈਦੇ ਆ, ਨੰਬਰ ਨੱਪ ਦਈਦੇ ਆ, ਦੋ ਤਿੰਨ ਨੰਬਰਾਂ ਦੇ ਬਾਅਦ ਟਿੰਗ ਬੰਦ ਹੋ ਜਾਂਦਾ, ਜੇ ਨੰਬਰ ਨੱਪ ਦਈਏ ਉਹ ਚੱਲਦਾ ਏ ਪਰ ਉਧਰ ਆਵਾਜ਼ ਨਹੀਂ ਸੁਣਦੀ, ਪਰ ਕਈ ਵਾਰੀ ਨੰਬਰ ਲਾਈ ਜਾਈਏ ਦੋ ਤਿੰਨ ਵਾਰੀ ਚੱਲਦਾ ਹੀ ਨਹੀਂ, ਲੱਗਦਾ ਹੀ ਨਹੀਂ, ਫਿਰ ਮੰਮੀ ਵੀ ਕਈ ਵਾਰੀ ਫੋਨ ਕਰੀ ਜਾਂਦੀ ਉਹ ਚੱਲਦਾ, ਹੁਣ ਮੰਮੀ ਹੈਗੇ ਬਜ਼ੁਰਗ ਜੋ ਮਿਲਣਾ ਇੱਥੇ ਵਿਚਰੀਆਂ, ਮੈਨੂੰ ਜਿੱਦਾਂ ਚਲਾਕ ਬੰਦਾ ਵਾ ਮੈਨੂੰ ਸਮਝ ਲੱਗ ਜਾਂਦੀ ਆ, ਇਸ ਕਰਕੇ ਸਾਡੇ ਡੋਰਾਂ ਦੇ ਉੱਪਰ ਗੇਟਾਂ ਦੇ ਉੱਪਰ ਵੀ ਇੱਦਾਂ ਦੀਆਂ ਪੱਤੀਆਂ ਪੁੱਤੀਆਂ ਲਵਾ ਚੁੱਕਾ, ਜੋ ਕੁਛ ਵੀ ਇੱਥੇ ਮੈਂ ਦਿਖਾ ਸਕਦਾ, ਅੰਦਰ ਵੀ ਇੱਥੇ ਇੱਦਾਂ ਏ, ਇੱਥੋਂ ਵੀ ਇੱਦਾਂ, ਕਈ ਵਾਰੀ ਇੱਦਾਂ ਹੁੰਦਾ ਤਾਲੇ ਤੂਲੇ ਲਾ ਦਈ ਦੀ ਆ, ਕਈ ਵਾਰੀ ਜਦੋਂ ਉੱਠੀ ਦਾ ਤਾਲਾ ਖੁੱਲਾ ਹੁੰਦਾ, ਹੁਣ ਇਹਦਾ ਬਜ਼ੁਰਗ ਵਿਚਾਰੇ ਨੂੰ ਮੈਂ ਕਿੰਨੀ ਇੱਕ ਵਾਰੀ ਸਮਝਾਵਾਂ, ਇੱਦਾਂ ਬਹੁਤ ਇੱਦਾਂ ਦੀ ਇਸ ਕਰਦੇ ਵਿੱਚ ਇੱਦਾਂ ਦੀਆਂ ਹੋਈਆਂ ਨੇ, ਇਸ ਕਰਕੇ ਮੈਂ ਇੱਥੇ ਬਹੁਤ ਜਿਹੜੀਆਂ ਗੱਲਾਂ ਜਿਹੜੀਆਂ ਨੇ ਉਹ ਕਾਰਵਾਈ ਵਾਲੇ ਸਿਕਿਉਰਟੀ ਦੇ ਪੁਲਿਸ ਤੇ ਸਰਕਾਰੀ ਬੰਦਿਆਂ ਦੇ ਨਾਲ, ਜਿਹੜੇ ਮਨਮੋਹਨ ਸਿੰਘ ਜੀ ਵੱਲੋਂ ਜਾਂ ਸੁਖਬੀਰ ਸਿੰਘ ਬਾਦਲ ਜੀ ਵੱਲੋਂ ਪਹੁੰਚ ਵਿੱਚ, ਜਿਹੜੀ ਉਡੀਕ ਵਿੱਚ ਹਾਂ, ਮੈਂ ਉਹਨਾਂ ਦੀ ਉਡੀਕ ਵਿੱਚ ਹਾਂ, ਉਹ ਮੈਨੂੰ ਸਪੈਸ਼ਲਿਸਟ ਜਿਹੜੇ ਬੰਦੇ ਨੇ ਮੈਨੂੰ ਸਮਝ ਸਕਣ, ਇੱਥੇ ਬਹੁਤ ਮੁੰਡੇ ਤੇ ਇਨਸਾਨ ਹੈ ਜਿਹਨਾਂ ਨੂੰ ਮੈਂ ਮਾੜੀਆਂ ਮਾੜੀਆਂ ਗੱਲਾਂ ਦੱਸਦਾ, ਉਹਨਾਂ ਨੂੰ ਸਮਝ ਨਹੀਂ ਆਉਂਦੀ ਵੀ ਮੈਂ ਇਹਨਾਂ ਦੇ ਦਰਦਾਂ ਦੀ ਜਿਹੜੀਆਂ ਚੀਜ਼ਾਂ ਫਿੱਟ ਕੀਤੀਆਂ, ਜਿਹੜੀਆਂ ਮੇਰੇ ਅੰਦਰ ਚੀਜ਼ਾਂ ਫਿੱਟ ਹਨ, ਉਹਨਾਂ ਦੇ ਨਾਲ ਵੀ ਮੈਂ ਇੱਥੋਂ ਇੱਥੇ ਆਪਣੀ ਮਾਂ ਦੇ ਨਾਲ ਫਿਰ ਵੀ ਇੱਥੋਂ ਇੱਥੇ ਕਿੰਨਾ ਕੁਛ ਕਰ ਚੁੱਕਾ, ਕਿੰਨਾ ਕੁਛ ਕਰੀ ਜਾਂਦਾ, ਤੇ ਫਿਰ ਵੀ ਸਾਡੇ ਕਾਰਵਾਈ ਇੱਥੇ ਤੱਕ ਨਹੀਂ ਪਹੁੰਚੀ, ਤੇ ਸਾਰਿਆਂ ਨੂੰ ਪਤਾ ਹੈ ਜਲੰਧਰ ਵਾਲਿਆਂ ਨੂੰ ਮੈਂ ਕਿੱਧਰ ਜਾ ਚੁੱਕਾ, ਤੇ ਮੈਂ ਹਾਲੇ ਵੀ ਆਪਣੀ ਮਾਂ ਦੇ ਨਾਲ ਰੋਜ਼, ਮੇਰੀ ਮਾਂ ਮੇਰੇ ਸਾਥ ਦਿੰਦੀ, ਉੱਪਰ ਭੈਣ ਜੀ ਵੀ, ਜਾਂ ਸੋਢੀ ਦੇ ਮੰਮੀ ਜੀ, ਜਾਂ ਸੋਢੀ ਹੋਣੀ ਆ, ਸਾਰੇ ਮੁੰਡੇ ਜਿਹੜੇ ਵਾਸੀ ਆ, ਜਿਹੜੇ ਵੀ ਮੈਨੂੰ ਮੇਰਾ ਇੱਥੇ ਸਾਥ ਦੇ ਸੁਣ
ਮੇਰੀ ਮੰਮੀ ਦਾ ਹੱਥ ਵਾਲਾ ਫੋਨ ਹੈ, ਉਹਦੇ ਵਿੱਚੋਂ ਵੀ ਕਈ ਵਾਰੀ ਪੈਸੇ ਚਲੇ ਗਏ।
ਇੱਥੋਂ ਫੋਨ ਨਹੀਂ ਲੱਗਦੇ, ਕਈ ਵਾਰੀ ਉੱਥੋਂ ਫੋਨ ਨਹੀਂ ਲੱਗਦੇ, ਜਦੋਂ ਵੀ ਇੰਪੋਰਟੈਂਟ ਫੋਨ ਕੋਲ ਹੁੰਦਾ ਹੈ ਇਹਦੇ ਉੱਪਰੋਂ ਨਹੀਂ ਲੱਗਦਾ, ਕਈ ਵਾਰੀ ਉਹਦੇ ਉੱਪਰੋਂ ਨਹੀਂ ਲੱਗਦਾ। ਇਹ ਮਸਲਾ ਕੀ ਹੈ, ਸਰਕਾਰੀ ਕਾਰਵਾਈ ਕੀਤੀ ਜਾਵੇ। ਉਹ ਸਾਰੀਆਂ ਸਰਕਾਰੀ ਕਾਰਵਾਈ ਜਿਹੜੀ ਮੇਰੇ ਅੰਦਰ ਚੀਜ਼ਾਂ ਕੈਟ ਕੀਤੀਆਂ ਗਈਆਂ ਸਨ ਉਹ ਜਦੋਂ ਇੰਗਲੈਂਡ ਆਉਣ ਤੋਂ ਪਹਿਲਾਂ ਨਹੀਂ ਕੱਢੀਆਂ ਗਈਆਂ ਸਨ। ਇਸ ਕਰਕੇ ਮੈਂ ਉਹਨਾਂ ਦਰਦਾਂ ਦੇ ਉਹਨਾਂ ਦੇ ਦਰਦ ਬਹੁਤ ਸੜੇ ਪੈ ਰਹੇ ਹਨ। ਇਸੇ ਕਾਰਨ ਜੋ ਕੁਝ ਵੀ ਹੋ ਰਿਹਾ ਹੈ, ਸਿਕਿਉਰਿਟੀ ਕਾਰਵਾਈ ਤੇ ਨਾਲ ਹੀ CBI ਜਿਹੜੇ ਵੀ ਪੁਲਿਸ ਜਿਹੜੇ ਵੀ ਟੌਕਸੀਕੋਲੋਜੀ ਸਪੈਸ਼ਲਿਸਟ ਡਾਕਟਰ ਜਿਹੜੇ ਵੀ ਬਿਲਕੁਲ ਜਲਦੀ ਤੋਂ ਜਲਦੀ ਭੇਜੀ ਜਾਣ। ਇਸ ਕਰਕੇ ਪ੍ਰਧਾਨ ਮੰਤਰੀ ਜੀ ਵੱਲੋਂ ਇਹੋ ਦਰਖਾਸਤ ਹੈ ਉਹ ਜਲਦੀ ਤੋਂ ਜਲਦੀ ਸਾਡੀ ਸੁਣਨ। ਮੈਂ ਤੇ ਮੇਰੀ ਮਾਂ ਦੀ ਤੇ ਪਿੰਡ ਵਾਸੀਆਂ ਦੀ ਸਾਡੇ ਤੋਂ ਜਲਦੀ ਸਾਡੇ ਕੋਲ ਸਾਰੀਆਂ ਕਾਰਵਾਈਆਂ ਭੇਜੀਆਂ ਜਾਣ।